ਰਾਜਵੰਤ ਰਾਜ ਦਾ ਨੋਵਲ ਉਰੋਲੀ ਦੀ ਜੋਂ ਦਾ 35ਵਾਂ ਚੈਪਟਰ ਸਨੀਚਰਵਾਰ ਦੀ ਪਿਉਰੀ ਸਾਰੇ ਘਾਰੇ ਸਨ 10 ਵਜੇ ਪ੍ਰਕਾਸ਼ कौर ਵੀ ਗੁਰਦੁਆਰੇੋਂ ਮੁੜਾਈ ਨਿਮੀ ਸਾਢੇ 9 ਵਜੇ ਬੈੱਡ ਤੋਂ ਉੱਠੀ ਸੀ ਤੇ ਉਹਨੇ ਉੱਠਦੇ ਹੀ ਮਨਰਾਜ ਨੂੰ ਥੱਲੇ ਲਿਜਾ ਕੇ ਫੈਮਿਲੀ ਰੂਮ ਚ ਅਗਮ ਦੇ ਕੋਲ ਬਿਠਾ ਦਿੱਤਾ ਫਿਰ ਉਹਨੇ ਆਪਣੇ ਕੰਮ ਵਾਲੇ ਤੇ ਹੋਰ ਕੱਪੜੇ ਧੋਣ ਲਈ ਮਸ਼ੀਨ ਚ ਪਾਏ ਕਾਲੀ ਨਾਲ ਆਪਣੇ ਕਮਰੇ ਦੀ ਸਫਾਈ ਕਰਦੇ ਹੋ ਮਨੋਮਨੀ ਹਿਸਾਬ ਲਾ ਰਹੀ ਸੀ ਕਿ ਭਾਵੇਂ ਉਮਕਾਰ ਨੇ ਹਾਂ ਕਰਤੀ ਪਰ ਸ਼ਾਇਦ ਕੱਲ ਵਾਲਾ ਦਬਕਾ ਕੰਮ ਕਰ ਜਾਏ ਤੇ ਅੱਜ ਉਸ ਨਾਲ ਕਿਦਰੇ ਜਾਣ ਦਾ ਜ਼ੁਗਾੜ ਬਣਾਇ ਜਾਏ ਇਸ ਲਈ ਉਹ 11 ਵਜੇ ਤੱਕ ਆਪਣੇ ਸਾਰੇ ਕੰਮ ਨਿਬੇੜ ਲੈਣੇ ਚਾਹੁੰਦੀ ਸੀ ਪ੍ਰਕਾਸ਼ ਕੌਰ ਨਿਆਣਿਆਂ ਨੇੜੇ ਬੈਠ ਕੇ ਉਹਨਾਂ ਨੂੰ ਖਡਾਉਣ ਲੱਗ ਪਏ ਲਾਲੀ ਰਸੋਈ ਦੇ ਆਰਚ ਲੱਗੀ ਹੋਈ ਸੀ ਦੀਪਾਨਾ ਧੋ ਕੇ ਚਾਹ ਪੀਣ ਪਿੱਛੋਂ ਆਪਣੇ ਕਾਰੋਬਾਰੀ ਕਾਗਜ਼ੀ ਪੱਤਰੀ 'ਚ ਪੈ ਗਿਆ ਪ੍ਰੇਮ ਸਿੰਘ ਰੋਜ਼ ਲੇਟ ਉੱਠਦਾ ਸੀ ਇਸ ਲਈ ਉਹ ਹਾਲੇ ਵੀ ਬੈੱਡ ਤੇ ਹੀ ਸੀ ਸਵਾ 10 ਵਜੇ ਬਾਹਰਲੇ ਦਰਵਾਜ਼ੇ ਦੀ ਘੰਟੀ ਵੱਜੀ प्रकाश कौर ਨੇ ਜਾ ਕੇ ਜਦੋਂ ਬੂਹਾ ਖੋਲਿਆ ਸਾਹਮਣੇ سیرਤ ਤੇ ओंकार ਖੜੇ ਸੀ سیرਤ ਉਹ ਰਵਲ ਦੇਖ ਕੇ ਥੋੜੀ ਹੈਰਾਨ ਹੋਣ ਦੇ ਬਾਵਜੂਦ ਉਹਨੇ ਹੱਸ ਕੇ ਕਿਹਾ ਸਸੀ ਕਲ سیرਤ beta ਧੰਨ ਭਾਗ ਆ ਜਾਓ ਲੰਘੋ ਮੇਰਾ ਪੁੱਤ سیرਤ ਦੇ ਮੂੰਹ ਤੇ ਰੁੱਖੇਪਾਂ ਦੀ ਇੱਕ ਪਰਤ ਜੀ ਚੜੀ ਹੋਈ ਸੀ ਉਹਨੇ ਸਿਰ ਹਿਲਾ ਕੇ ਪ੍ਰਕਾਸ਼ कौर ਦੀ ਸਸੀ ਕਲ ਦਾ ਜਵਾਬ ਦਿੱਤਾ ਮੂੰਹ ਕੁਛ ਨਾ ਬੋਲੀ ਦੋਵੇਂ ਜਣੇ ਪ੍ਰਕਾਸ਼ कौर ਦੇ ਮਗਰ ਮਗਰ ਲਿਵਿੰਗ ਰੂਮ ਚ ਆ ਕੇ ਸੋਫੇ ਤੇ ਬਹਿ ਗਏ ਨਿੰਮੀ ਨੂੰ ਵੀ ਬੜਕ ਆ ਗਈ ਸੀ ਕਿ ਬਾਹਰ ਕੋਈ ਆਇਆ ਹੈ ਉਨੇ ਆਪਣੇ ਕਮਰੇ ਚੋਂ ਬਾਹਰ ਆ ਕੇ ਜੰਗਲੇ ਉੱਪਰ ਦੀ ਲਿਵਿੰਗ ਰੂਮ ਵੱਲ ਝਾਕਿਆ ਤਾਂ ਉਹਨੂੰ ਓਂਕਾਰ ਤੇ ਸੀਰਤ ਸੋਫੇ ਤੇ ਬੈਠੇ ਦਿਸੇ। ਉਹਦੇ ਮਨ 'ਚ ਇੱਕ ਅਨਜਾਨ ਜਿਹਾ ਡਰ ਉੱਠ ਖੜਿਆ। ਅੰਦਰ ਹੀ ਅੰਦਰ ਉਹ ਸਮਝ ਗਈ ਕਿ ਸਭ ਅੱਛਾ ਨਹੀਂ ਹੈ। ਇਧਰ ਆਪਣੇ ਹੱਥ ਧੋ ਕੇ ਲਾਲੀ ਬੜੇ ਜੋਸ਼ ਨਾਲ ਸੀਰਤ ਨੂੰ ਗਲੇ ਮਿਲਣ ਲਈ ਆਉਲੀ। ਸੀਰਤ ਨੇ ਉਹਨੂੰ ਉੱਪਰ ਜਾਂ ਜਿਹੀਆਂ ਵਾਂਗ ਵੱਖੀ ਤੋਂ ਜੱਫੀ ਪਾਈ ਤੇ ਬਿਨਾਂ ਕੋਈ ਹਾਲਚਾਲ ਪੁੱਛਿਆ ਬੈਠ ਗਈ। ਪ੍ਰਕਾਸ਼ਕੌਰ ਤੇ ਲਾਲੀ ਦੋਹਾਂ ਨੂੰ ਸੀਰਤ ਦਾ ਰਵੱਈਆ ਕੁਝ ਅਜੀਬ ਜਿਹਾ ਲੱਗਿਆ। ਸੀਰਤ ਬੇਟਾ ਕਿਦਾਂ ਤੇਰੀ ਸਿਹਤ ਠੀਕ ਰਹਿੰਦੀ ਹੈ? ਪ੍ਰਕਾਸ਼ ਕਰਨ ਨੇ ਗੱਲ ਤੋੜਨ ਦੀ ਮਨਸ਼ਾ ਨਾਲ ਪੁੱਛਿਆ। ਹਾਂਜੀ ਆਂਟੀ ਹਾਲੇ ਤੱਕ ਤਾਂ ਠੀਕ ਆਂ। ਓਂਕਾਰ ਪੁੱਤੂ ਸੀਰਤ ਦਾ ਖਿਆਲ ਰੱਖਿਆ ਕਰ। ਰੱਬ ਤੁਹਾਨੂੰ ਦੋਵਾਂ ਨੂੰ ਛੇਤੀ ਖੁਸ਼ੀਆਂ ਦਿਖਾਵੇ। ਆਂਟੀ ਪਲੀਜ਼ ਰਹਿਣ ਦਿਓ ਇਹ ਲਾਲੋਪੋਪੋ। ਅਸੀਂ ਹੋਰ ਗੱਲ ਕਰਨ ਆਏ ਆਂ। ਸੀਰਤ ਅਚਾਨਕ ਭੜਕ ਜੀ ਪਈ। ਕੀ ਗੱਲ ਹੋਈ ਪੁੱਤ? ਦੱਸੋ ਕੀ ਗੱਲ ਕਰਨ ਆਏ ਹੋ? ਪ੍ਰਕਾਸ਼ ਕਰਨ ਨੇ ਹੈਰਾਨੀ ਨਾਲ ਕਿਹਾ, "ਉਹਦਾ ਦਿਲ ਵੀ ਕਿਸੇ ਅਣਹੋਣੀ ਦੀ ਸ਼ੰਕਾ ਨਾਲ ਜ਼ੋਰ-ਜ਼ੋਰ ਨਾਲ ਧੜਕਣ ਲੱਗ ਪਿਆ।" ਸੀਰਤ ਦੇ ਲਹਿਜੇ ਤੋਂ ਉਹਨੂੰ ਇਹ ਅੰਦਾਜ਼ਾ ਹੋ ਗਿਆ ਕਿ ਗੱਲ ਜ਼ਰੂਰ ਕੋਈ ਹੋਰ ਹੀ ਹੈ ਲਾਲੀ ਵੀ ਸੀਰਤ ਦੇ ਬੋਲਾਂ ਤੇ ਦਹਿਲ ਜੀ ਗਈ ਆਂਟੀ ਆਪਣੀ ਦੂਜੀ ਧੀ ਨੂੰ ਵੀ ਸੱਦ ਲਓ ਸੀਰਤ ਨੇ ਹੁਕਮ ਜਿਹਾ ਲਾਇਆ ਇਸ ਤੋਂ ਪਹਿਲਾਂ ਕਿ ਪ੍ਰਕਾਸ਼ ਕੌਰ ਨੇ ਨੀਮੀ ਨੂੰ ਆਵਾਜ਼ ਮਾਰ ਕੇ ਠੇਠ ਮਲੌਂਦੀ ਨੀਮੀ ਪੌੜੀਆਂ ਉਤਰ ਕੇ ਉਹਨਾਂ ਦੇ ਕੋਲ ਆ ਖੜੀ ਹੋਈ ਹੁਣ ਸਾਰਿਆਂ ਦੀਆਂ ਨਿਗਾਹਾਂ ਸੀਰਤ ਦੇ ਚਿਹਰੇ ਤੇ ਗੱਡੀਆਂ ਹੋਈਆਂ ਸਨ ਆਂਟੀ ਮੈਨੂੰ ਇਹ ਦੱਸੋ ਵੀ ਮੈਂ ਤੁਹਾਡਾ ਕੁਝ ਬੁਰਾ ਕੀਤਾ ਨਾ ਪੁੱਤ ਤੂੰ ਕਿਸੇ ਦਾ ਕੀ ਬੁਰਾ ਕਰਨਾ ਤੂੰ ਤਾਂ ਪਹਿਲੇ ਦਿਨੋਂ ਹੀ ਬਹੁਤੀ ਬੀਬੀ ਬੱਚੀ ਆਂ ਪਰ ਗੱਲ ਕੀ ਹੋਈ ਬੇਟਾ ਆ ਆਪਣੀ ਵੱਡੀ ਧੀ ਕੋਲੋਂ ਪੁੱਛੋ ਵੀ ਮੈਂ ਇਹਦਾ ਕੀ ਵਿਗਾੜਿਆ ਇਹ ਕਿਉਂ ਮੇਰਾ ਘਰ ਪੱਟਣ ਤੇ ਤੁਲੀ ਹੋਈ ਐ ਸੀਰਤ ਨੇ ਚੀਕ ਕੇ ਕਿਹਾ ਇਸ ਤੋਂ ਪਹਿਲਾਂ ਕਿ ਪ੍ਰਕਾਸ਼ ਕੌਰ ਕੁਝ ਬੋਲਦੀ ਨਿਮੀ ਪੜ ਕੇ ਕਹਿਣ ਲੱਗੀ ਕੀ ਕਿਹਾ ਮੈਨੂੰ ਕੀ ਲੋੜ ਆ ਕਿਸੇ ਦਾ ਘਰ ਪੱਟਣ ਦੀ ਹੁਣ ਝੂਠ ਨਾ ਬੋਲੀ ਓਕੇ ਤੇਰਾ ਭਾਂਡਾ ਭੱਜ ਚੁੱਕਾ ਐ ਸੀਰਤ ਕੜ ਕੇ ਮੈਨੂੰ ਨਹੀਂ ਲੋੜ ਝੂਠ ਬੋਲਣ ਦੀ ਮੈਂ ਤੇਰੇ ਘਰ ਤੇ ਥੁੱਕਦੀ ਵੀ ਨਹੀਂ ਵੱਡੀਏ ਘਰ ਵਾਲੀਏ ਆਪਣਾ ਘਰ ਸਾਹਮਣੇ ਰੱਖ ਸੰਭੂ ਤੱਕ ਕੋਈ ਤਾਈ ਜੇ ਤੇਰੇ ਅਰਗੀਆਂ ਸਾਹਮਣ ਦੇਣਗੇ ਇੰਨੀ ਵੀ ਸ਼ਰਮ ਨਹੀਂ ਕੀਤੀ ਵੀ ਅਸੀਂ ਕੰਮ ਤੇ ਵੀ ਲਵਾਈ ਤੇ ਇਨੇ ਚਿਰ ਤੋਂ ਨਾਲ ਵੀ ਧੂਈ ਫਿਰਦੇ ਆਂ ਸਿਰਤ ਦੀ ਆਵਾਜ਼ ਸੰਤਾਂ ਦੀ ਤਲਖੀ ਸੀ ਆਹੋ ਤੂੰ ਕੰਮ ਤੇ ਲਵਾ ਕੇ ਰੱਬ ਬਣ ਗਈ ਹੁਣ ਮੈਂ ਤੇਰੀ ਗੁਲਾਮੀ ਕਰਾਂ ساری ਉਮਰ ਮੈਂ ਤਾਂ ਤੇਰੇ ਅਰਗੀਆਂ ਨਖਸਮੀ ਤੋਂ ਗੁਲਾਮੀ ਵੀ ਨਾ ਕਰਾਵਾਂ ਆਹੋ ਮੈਂ ਜਾਣਦੀ ਆਂ ਤੇਰੇ ਅਰਗੀਆਂ ਨੂੰ ਆਪਣੇ ਖਸਮ ਇਹਨਾਂ ਤੋਂ ਸਾਹਮਣ ਨਹੀਂ ਹੁੰਦੇ ਚਪੜ ਚਪੜ ਜ਼ੁਬਾਨ ਬਥੇਰੀ ਚੱਲਦੀ ਆ ਨਮੀ ਨੇ ਵੀ ਕੀਆਂ ਤੇ 31 ਪਾਤੇ। ਚਿਹੜਾ ਸੁਣ ਕੇ ਦੀਪਾ ਵੀ ਆਪਣਾ ਪੇਪਰ ਵਰਕ ਛੱਡ ਕੇ ਕਾਲੀ ਨਾਲ ਵੱਲ ਦੌੜਿਆ। ਐਤ ਕੀ سیرਤ ਦੇ ਬੋਲਣ ਤੋਂ ਪਹਿਲਾਂ ਹੀ ਪ੍ਰਕਾਸ਼ ਕੌਰ ਬੋਲ ਪਈ। ਨੀਤੀ ਇਹ ਵੀ ਦੱਸ ਪਈ ਸਿਰਮੁਨੀ ਨੇ ਕੀਤਾ ਕੀ ਕਰਨਾ ਕੀ ਆ। ਇਧਰ ਮੈਂ ਇੰਡੀਆ ਨੂੰ ਜਹਾਜ਼ੇ ਚੜੀਆ ਉਧਰ ਇਹਨੇ ਓਂਕਾਰ ਨਾਲ ਆਂਡਾ ਸਾਂਡਾ ਪਾ ਕੇ ਮੇਰੀ ਸੇਹ ਸੰਭਾਲ ਲਈ। ਡੇਢ ਮਹੀਨਾ ਰੱਜ ਕੇ ਖੇ ਖਾਧੀ ਇਹਨਾਂ ਦੋਹਾਂ ਨੇ। ਇਹ ਕਹਿੰਦੇ ਆ سیرਤ ਨੇ ਅੱਖਾਂ 'ਚ ਅੱਗ ਭਰ ਕੇ ਓਂਕਾਰ ਵੱਲ ਦੇਖਿਆ। ਸਿਰਤ ਦੇ ਮੂੰਹ ਇੰਨਾ ਸੁਣ ਕੇ ਪ੍ਰਕਾਸ਼ ਕੌਰ ਸਮੇਤ ਸਭ ਦੀਆਂ ਨਿਗਾਹਾਂ ਸਵਾਲ ਬਣ ਕੇ ਨਿੰਮੀ ਦੇ ਚਿਹਰੇ ਤੇ ਜਟਕੀਆਂ। ਇਹ ਕੋਈ ਦੁੱਧ ਪਿੰਦਾ ਬੱਚਾ ਆ ਜਿਹਨੂੰ ਮੈਂ ਕੁੱਛੜ ਚੁੱਕ ਕੇ ਲੈ ਗਈ ਹੋਵਾਂ। ਇਹ ਆਪ ਤਰਲੇ ਹੀ ਕੱਢਦਾ ਸੀ। ਮੇਰੇ ਪਿੱਛੇ-ਪਿੱਛੇ ਪੂਛ ਲਾਉਂਦਾ ਫਿਰਦਾ ਸੀ। ਨਿੰਮੀ ਨੇ ਸਭ ਕੁਝ ਕਬੂਲਦਿਆਂ ਸਫਾਈ ਦਿੱਤੀ। ਬੇਸ਼ਰਮੀ ਬੰਦੇ ਤਾਂ ਪੂਛਾਂ ਹਲਾਉਂਦੇ ਹੀ ਹੁੰਦੇ ਆ। ਜਨਾਨੀ ਨੂੰ ਆਪਣੇ ਆਪ ਤੇ ਕਾਬੂ ਰੱਖਣਾ ਆਉਣਾ ਚਾਹੀਦਾ। ਤੈਨੂੰ ਇੰਨੀ ਵੀ ਸ਼ਰਮ ਨਾ ਆਈ ਕਿ ਮੈਂ ਤੈਨੂੰ ਦੀਦੀ ਕਹਿਨੀ ਆ। ਮੇਰਾ ਹੀ ਦਿਮਾਗ ਖਰਾਬ ਸੀ ਜੋ ਤੈਨੂੰ ਘਰ ਪੱਟਣ ਵਾਲੀ ਕੰਜਰੀ ਨੂੰ ਕਨੇੜੇ ਚੁੱਕੀ ਫਿਰਦੀ ਰਹੀ ਨੀਤੀ ਇਹ ਰੌਲਾ ਨਾ ਪਾਓ ਬਹਿ ਕੇ ਸਿਆਣੀਆਂ ਬਣ ਕੇ ਨਜੱਠੋ ਇਹ ਮਾਮਲਾ ਪ੍ਰਕਾਸ਼ ਕੌਰ ਨੇ ਲੜਾਈ ਥੰਮਣ ਦਾ ਹੀਲਾ ਕੀਤਾ ਤੁਸੀਂ ਵੀ ਚਪਚੋਪੀ ਕਰੋ ਆਂਟੀ ਤੁਹਾਡਾ ਹੀ ਸਾਰਾ ਕਸੂਰ ਹੈ ਐਤ ਕੀ ਸਿਰਤ ਪ੍ਰਕਾਸ਼ ਕੌਰ ਤੇ ਵਰੀ ਆਹ ਹਉਤੀ ਹੈ ਕਸੂਰ ਤਾਂ ਮੇਰਾ ਹੀ ਆ ਮੈਂ ਹੀ ਜੰਮ ਬੈਠੀ ਇਹੋ ਜੀ ਚੰਦਰੀ ਔਲਾਦ ਜੰਮਣ ਜੁਮਣ ਦੀ ਗੱਲ ਨਹੀਂ ਆਪਣੀਆਂ ਦੋਵੇਂ ਧੀਆ ਇੱਕੋ ਬੰਦੇ ਨਾਲ ਵਿਆਹ ਕਿ ਤੁਸੀਂ ਕੀ ਚੱਜ ਕੀਤਾ ਇਹ ਕਹਨੇ ਆ ਸੀਰਤ ਨੇ ਪੌੜੀਆਂ 'ਚ ਖੜੇ ਦੀਪੇ ਵੱਲ ਜ਼ਹਿਰ ਭਰੀਆਂ ਨਜ਼ਰਾਂ ਨਾਲ ਦੇਖਿਆ ਸੀਰਤ ਦੀ ਗੱਲ ਸੁਣ ਕੇ ਸਭ ਨੂੰ ਸੱਪ ਸੋង ਗਿਆ ਦੀਪੇ ਨੂੰ ਧਰਤੀ ਵੇਲ ਨਹੀਂ ਸੀ ਦੇ ਰਹੀ ਉਹਨੇ ਜ਼ਹਿਰ ਭਰੀਆਂ ਨਜ਼ਰਾਂ ਨਾਲ ਨਿਮੀ ਵੱਲ ਦੇਖਿਆ ਦੀਪੇ ਨੂੰ ਆਪਣੇ ਵੱਲ ਦੇਖਦਾ ਦੇਖ ਕੇ ਨਿਮੀ ਨੇ ਐਦਾਂ ਮੂੰਹ ਭਵਾ ਲਿਆ ਜਿਦਾਂ ਚੋਰ ਦੇ ਸਾਹਮਣੇ ਪੁਲਿਸ ਆ ਗਈ ਹੋਵੇ ਕਿੰਨਾ ਚਿਰ ਕਿਸੇ ਨੂੰ ਕੋਈ ਗੱਲ ਨਾ ਆੜੀ ਸਭ ਨੂੰ ਅੰਦਰੋਂ ਅੰਦਰ ਇਹ ਪਤਾ ਲੱਗ ਗਿਆ ਸੀ ਕਿ ਉਹਨਾਂ ਦੇ ਘਰ ਦਾ ਭੇਤ ਹੁਣ ਚੌਰਾਹੇ 'ਚ ਖੁੱਲ ਚੁੱਕਾ ਆਖਰ ਪ੍ਰਕਾਸ਼ ਕਰਨੀ ਗੱਲ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੇ ਆਂ ਕਿ ਅਸੀਂ ਰਤਪੁੱਤ ਉਹ ਤਾਂ ਜਿੱਦਾਂ ਸਾਰੇ ਕਰਦੇ ਅਸੀਂ ਵੀ ਝੂਠਾ ਵਿਆਹ ਹੀ ਕੀਤਾ ਸੀ ਇਹਨਾਂ ਦੋਹਾਂ ਦਾ ਅਸੀਂ ਸੋਚਦੇ ਸੀ ਵੀ ਚੱਲ ਕੁੜੀ ਕੱਲੀ ਪਿੱਛੇ ਰਹਿ ਗਈ ਆ ਕਿਸੇ ਰੁੱਖ ਸਾਦ ਲਈਏ ਸਾਰਾ ਟੱਬਰ ਇਕੱਠਾ ਹੋ ਜਾਊਗਾ ਝੂਠੇ ਵਿਆਹਾਂ 'ਚ ਲੋਕ ਨਿਆਣੇ ਨਹੀਂ ਜਮਾਉਂਦੇ ਆਂਟੀ ਤੇਰੀਆਂ ਦੋਵੇਂ ਧੀਆਂ ਇੱਕੋ ਬੰਦੇ ਦੇ ਨਿਆਣੇ ਚੁੱਕੀ ਫਿਰਦੀਆਂ ਨਾ ਜੇ ਵਿਆਹ ਕੇ ਲਿਆਇਆ ਤਾਂ ਹੁਣ ਸੰਭੇ ਦੋਹਾਂ ਨੂੰ ਇਸ ਬਦਕਾਰ ਨੂੰ ਕਦੇ ਲਈ ਛੱਡਿਆ ਲੋਕਾਂ ਦੇ ਭਾਂਡਿਆਂ 'ਚ ਮੂੰਹ ਮਾਰਨ ਲਈ ਸਿਰਤ ਤੁਸੀਂ ਆਪਣਾ ਮਾਮਲਾ ਨਿਚਠੋ ਸਾਡੇ ਮਾਮਲਿਆਂ 'ਚ ਦਖਲ ਦੇਣ ਦੀ ਕੋਈ ਲੋੜ ਨਹੀਂ ਲਾਲੀ ਨੇ ਪਹਿਲੀ ਵਾਰ ਕੁਝ ਕਿਹਾ ਤੁਹਾਡੇ ਮਾਮਲਿਆਂ ਦਾ ਕਰਕੇ ਹੀ ਲੋਕਾਂ ਦੇ ਘਰ ਪੱਟ ਹੋ ਰਹੇ ਐ ਜੇ ਹੁਣ ਦੋਹਾਂ ਨੇ ਇੱਕ ਸਹੇੜਿਆ ਹੀ ਆ ਤਾਂ ਪਾਲਿਆ ਕਰੋ ਇਹਨੂੰ ਵਿਚਾਲੇ ਜੇ ਪਹਿਲਾਂ ਖੇ ਖਾਧੀਆ ਤਾਂ ਹੁਣ ਕਾਹਤੋਂ ਡਰਦੇ ਹੋ ਐਵੇਂ ਵਾਧੂ ਨਾ ਬੋਲ ਸਿਰਤ ਆਪਣੀ ਜ਼ਬਾਨ ਸੰਭਾਲ ਲਾਲੀ ਨੇ ਰੋਣ ਹਾਕੀ ਆਵਾਜ਼ ਚ ਕਿਹਾ ਲਲੀ ਮੈਂ ਜ਼ਬਾਨ ਸੰਭਾਲ ਲਵਾਂ ਤੁਸੀਂ ਆ ਬਦ ਚੱਲਣ ਨੂੰ ਸੰਭਾਲੋ ਪਹਿਲਾਂ ਜੇ ਇਹਦੇ ਤੋਂ ਬੰਦੇ ਬਗੈਰ ਨਹੀਂ ਰਹ ਹੁੰਦਾ ਤਾਂ ਬਾਹਰ ਸੜਕ ਤੇ ਗੁੱਠਾ ਕੱਢ ਕੇ ਖੜ ਜਾਇਆ ਕਰੇ ਇਹਦੇ ਵਰਗੀ ਸੋਹਣੀ ਸੁਨੱਖੀ ਨੂੰ ਬਥੇਰੇ ਟੱਕਰ ਜਾਣੇ ਬੁਰਸ਼ਿਆਂ ਵਰਗੇ ਆਹੋ ਤੂੰ ਤਾਂ ਖੜਦੀ ਰਹੀ ਹੋਣੀ ਐ ਜਿਹੜੀ ਜਿਹੜਾ ਤੈਨੂੰ ਹੁਕਰਾਂ ਵਾਲੇ ਤੌਰ ਤਰੀਕਿਆਂ ਦਾ ਪਤਾ ਐ ਨਿਮੀ ਚੀਕੀ ਮੈਨੂੰ ਨਹੀਂ ਲੋੜ ਮੇਰੇ ਕੋਲ ਆਪਣਾ ਹੈਗਾ ਤੇਰੇ ਅਰਗਿਆਂ ਨੂੰ ਹੀ ਖੜਨਾ ਪੈਂਦਾ ਆਪਣੀ ਖੁਰਕ ਮਟਾਉਣ ਲਈ ਚੱਲ ਮੰਨ ਲਿਆ ਪੁੱਤ ਵੀ ਗਲਤੀ ਇਹਦੀ ਆ ਹੁਣ ਤੂੰ ਆਪੇ ਤੋਂ ਬਾਹਰ ਨਾ ਹੋ ਸਿਆਣੀਆਂ ਕੁੜੀਆਂ ਦੇ ਮੂੰਹੋਂ ਇਹੋ ਜੇ ਬੋਲ ਨਹੀਂ ਸੋਭਦੇ ਪ੍ਰਕਾਸ਼ ਕੌਰ ਨੇ ਇੱਕ ਵਾਰੀ ਫੇਰ ਸ਼ਾਂਤੀ ਦੀ ਗੁਹਾਰ ਲਾਈ ਆਂਟੀ ਮੇਰੀ ਗੱਲ ਸੁਣ ਲਓ ਜਿਹੜੀ ਮੇਰਾ ਘਰ ਪੱਟੂ ਮੈਂ ਤਾਂ ਉਹਦੇ ਸਿਰ ਮੇ ਪੀ ਜਾਉ ਨਾ ਮੈਂ ਛੇਤੀ ਕਿਤੇ ਕਿਸੇ ਨੂੰ ਕੁਝ ਕਹਿਨੀ ਆ ਨਾ ਹੀ ਸੈਨੀ ਆ ਇਹਦਾ ਓੰਕਾਰ ਨੂੰ ਇਹ ਕਹਿਣ ਦਾ ਕੰਮ ਕੀ ਸੀ ਕਿ ਘਰ ਵਾਲੀ ਨੂੰ ਛੱਡ ਕੇ ਮੇਰੇ ਨਾਲ ਵਿਆਹ ਕਰਾ ਲੈ ਇਹ ਕਿੱਡੀ ਕੁ ਪਦਮਣੀ ਆ ਨਾਲੇ ਜੇ ਖਸਮ ਚਾਹੀਦਾ ਤਾਂ ਆਪਣੀ ਭੈਣ ਕੁੜੋਂ ਮੰਗੇ ਖਾਂ ਸਿਰਤ ਦੇ ਮੂੰਹੋਂ ਇੱਕ ਹੋਰ ਸੱਚ ਸੁਣ ਕੇ ਸਭ ਦੇ ਮੂੰਹ ਅੱਡੇ ਗਏ ਪ੍ਰਕਾਸ਼ ਕੌਰ ਨੇ ਕਦੇ ਸੁਪਨੇ 'ਚ ਵੀ ਨਹੀਂ ਸੀ ਸੋਚਿਆ ਕਿ ਉਹਦੀ ਔਲਾਦ ਉਹਨੂੰ ਇਹੋ ਜੇ ਦਿਖਾਉ ਲਾਲੀ ਦਾ ਜੀ ਕਰ ਰਿਆ ਸੀ ਉਹ ਸਿਰਤ ਦੇ ਬਰਾਬਰ ਖੜ ਕੇ ਨਿੰਮੀ ਨੂੰ ਗਾਲਾਂ ਕੱਢੇ ਇਸ ਰੋਲੇ ਰੱਪੇ 'ਚ ਕਿਸੇ ਨੇ ਇਸ ਗੱਲ ਵੀ ਧਿਆਨ ਨਹੀਂ ਦਿੱਤਾ ਕਿ ਪ੍ਰੇਮ ਸਿੰਘ ਵੀ ਆਪਣੇ ਬੂਹੇ 'ਚੋਂ ਨਿਕਲ ਕੇ ਇਹ ਸਾਰਾ ਡਰਾਮਾ ਦੇਖ ਰਿਹਾ ਕੁੜੇ ਭੈੜੀ ਕਿਉਂ ਸਾਡਾ ਮੂੰਹ ਕਾਲਾ ਕਰਾਉਣੀ ਐ ਹੁਣ ਬੋਲਦੀ ਨਹੀਂ प्रकाश कौर ਨੇ ਕਲਪਕੇ ਪੁੱਛਿਆ ਐਵੇਂ ਇਲਜ਼ਾਮ ਲਾਉਂਦੀ ਐ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਨਿੰਮੀ ਸਾਫ਼ ਮੁੱਕਰ ਗਈ ਓਂਕਾਰ ਤੂੰ ਦੱਸ ਵੀ ਕਿਹਾ ਹੈ ਕਿ ਨਹੀਂ ਸਿਰਤ ਨੇ ਓਂਕਾਰ ਨੂੰ ਮੋਢੇ ਤੋਂ ਹਿਲਾਉਣ ਦੇ ਆ ਕਿਆ ਆਹੋ ਇਹਨੇ 2-3 ਵਾਰ ਕਿਹਾ ਮੈਨੂੰ ਇਹ ਕਹਿੰਦੇ ਆ ਓਂਕਾਰ ਨੇ ਨਜ਼ਰਾਂ ਜ਼ਮੀਨ 'ਚ ਗੱਡੀ ਰੱਖੀ ਨਾ ਮੈਨੂੰ ਹੀ ਬੁਰੀ ਬਣਾਉਣਾ ਤੇ ਜਿਹੜੇ ਆਪ ਮੈਨੂੰ ਸੂਟ ਲਿਆ ਲਿਆ ਦਿੰਦਾ ਸੀ ਨਾਲੇ ਹੀਰੇ ਦੀ ਮੁੰਦੀ ਉਦੋਂ ਤੱਕ ਕਹਿੰਦਾ ਸੀ ਵੀ ਤੂੰ ਹੀ ਮੇਰੀ ਸਭ ਕੁਛ ਹੁਣ ਬਹਿ ਗਿਆ ਇਹਦੀ ਕੱਚ 'ਚ ਵੜ ਕੇ ਝੁੱਡੂ ਕਿਸੇ ਥਾਂ ਦਾ ਨੇ ਮੀਨੇ ਕਿਚੀਚੀ ਵਟਦੇ ਓੰਕਾਰ ਨੂੰ ਝਾੜ ਪਾਈ ਚੁਪਕਾਰ ਕੁੜੀਏ ਭੌਂਕੀ ਨਾ ਜਾ ਦੇਖ ਸੀਰਤ ਪੁੱਤ ਮੈਂ ਮੰਨਦੀ ਆਂ ਭਈ ਵੱਡੀ ਗਲਤੀ ਸਾਡੀ ਕੁੜੀ ਦੀ ਐ ਪਰ ਤਾੜੀ ਹਮੇਸ਼ਾ ਦੋ ਹੱਥਾਂ ਨਾਲ ਹੀ ਵੱਜਦੀ ਐ ਇਹ ਕਹਿੰਦੇ ਆਂ ਪ੍ਰਕਾਸ਼ ਕਰਨੇ ਅੱਖਾਂ 'ਚ ਨਫ਼ਰਤ ਭਰ ਕੇ ਓੰਕਾਰ ਵੱਲ ਦੇਖਿਆ ਆਂਟੀ ਪਹਿਲਾਂ ਤਾਂ ਦੋ ਹੱਥਾਂ ਨਾਲ ਹੀ ਵੱਜੀ ਸੀ ਪਰ ਅੱਜ ਕੱਲ ਇੱਕ ਹੱਥ ਨਾਲ ਵੀ ਵੱਜਣ ਲਈ ਆ ਪਿਛਲੇ 2 ਢਾਈ ਮਹੀਨਿਆਂ ਤੋਂ ਓੰਕਾਰ ਪਿੱਛੇ ਹਟ ਰਿਹਾ ਪਰ ਇਹ ਹਟਣ ਨਹੀਂ ਦਿੰਦੀ ਉਹਨ ਕਰਨੇ ਦਾ ਫੋਨ ਬਲਾਕ ਕੀਤਾ ਹੈ ਤੇ ਉਹਨੂੰ ਲਿਖਤੀ ਮੈਸੇਜ ਕਰ ਕਰਕੇ ਧਮਕੀਆਂ ਦਿੰਦੀ ਹੈ ਮੈਂ ਵੀ ਹੁਣ ਆ ਮੈਸੇਜ ਪੁਲਿਸ ਨੂੰ ਦਿਖਾ ਕੇ ਇਹਦੇ ਖਿਲਾਫ ਰਿਪੋਰਟ ਲਖਾਉਣੀ ਹੈ ਇਹ ਕਹਿੰਦੇ ਆ ਸਿਰਤ ਨੇ ਓਮਕਾਰ ਦੇ ਫੋਨ ਤੋਂ ਮੈਸੇਜ ਖੋਲ ਕੇ ਪ੍ਰਕਾਸ਼ ਕੌਰ ਵੱਲ ਵਧਾ ਦਿੱਤੇ ਪ੍ਰਕਾਸ਼ ਕੌਰ ਨੇ ਜਦੋਂ ਮੈਸੇਜ ਪੜ੍ਹਨੇ ਸ਼ੁਰੂ ਕੀਤੇ ਤਾਂ ਲਾਲੀ ਵੀ ਕੋਲ ਹੋ ਗਈ ਜਿਉਂ-ਜਿਉਂ ਮੈਸੇਜ ਪੜ੍ਹਦੀ ਗਈ ਉਹਦੇ ਚਿਹਰੇ ਤੇ ਪਿਲਤਨ ਚੜ੍ਹਦੇ ਗਏ ਸਾਰੇ ਸੁਨੇਹੇ ਪੜ੍ਹ ਕੇ ਪ੍ਰਕਾਸ਼ ਕੌਰ ਨੇ ਫੋਨ ਸਿਰਤ ਨੂੰ ਮੋੜ ਦਿੱਤਾ ਤੇ ਗੱਲ 'ਚ ਪੱਲਾ ਪਾ ਕੇ ਉਹਨੂੰ ਕਹਿਣ ਲੱਗੀ ਦੇਖਦੀ ਮੈਂ ਤੇਰੇ ਅੱਗੇ ਹੱਥ ਜੋੜਦੀ ਆਂ ਵੀ ਗੱਲ ਨੂੰ ਇੱਥੇ ਨੱਪ ਘੁੱਟ ਦੇ ਅਸੀਂ ਤਾਂ ਪਹਿਲਾਂ ਹੀ ਬਥੇਰੇ ਝਮੇਲਿਆਂ 'ਚ ਫਸੇ ਹੋਇਆ ਅੱਜ ਤੋਂ ਬਾਅਦ ਇਹ ਤਾਂ ਕੀ ਇਹਦੇ ਫਰਿਸ਼ਤੇ ਵੀ ਓਂਕਾਰ ਵੱਲ ਮੂੰਹ ਨਹੀਂ ਕਰਨਗੇ ਉਧਰ ਸੀਰਤ ਵੱਲੋਂ ਪੁਲਿਸ ਦੀ ਧਮਕੀ ਦੇਣ ਨਾਲ ਨਿੰਮੀ ਵੀ ਅੰਦਰੋਂ-ਅੰਦਰ ਡਰ ਗਈ ਤੇ ਉਹਦੀ ਜ਼ੁਬਾਨ ਤਾਲੂ ਨਾਲ ਜਾ ਲੱਗੀ ਇਸ ਮਗਰੋਂ ਸੀਰਤ ਨੇ ਓਂਕਾਰ ਦਾ ਹੱਥ ਫੜ ਕੇ ਖੜੇ ਹੁੰਦੇ ਆ ਕਿ ਠੀਕ ਆ ਆਂਟੀ ਹੁਣ ਆਪਣੀ ਜ਼ੁਬਾਨ ਤੇ ਪੱਕੇ ਰਹੋ ਅਰੇ ਸਾਡੀ ਤੁਹਾਡੀ ਅੱਜ ਤੋਂ ਕੋਈ ਸਾਂਝ ਨਹੀਂ ਕੋਈ ਆਪਣੇ ਘਰ ਸੁਖੀ ਰਹੇ ਜਾਂ ਦੁਖੀ ਅਸੀਂ ਤੁਹਾਡੇ ਨਹੀਂ ਵੜਦੇ ਤੁਸੀਂ ਸਾਡੇ ਨਾਲ ਵੜਿਓ ਆਪਣੀ ਇਸ ਮਹਾਰਾਣੀ ਨੂੰ ਕਹਿ ਦਿਓ ਕਿ ਜਾ ਕੇ ਕਿਸੇ ਹੋਰ ਤੇ ਪੱਟੂ ਪਾਵੇ ਜੇ ਨੇ ਮੇਰੇ ਘਰ ਵੱਲ ਪੈਰ ਪਾਇਆ ਤਾਂ ਮੈਂ ਇਹਦੀਆਂ ਖਾਕਾਂ ਬਾੜ ਦੇਣੀਆਂ ਫਿਰ ਉਹ ਕਾਲੀ ਨਾਲ ਪੈਰ ਪੱਟਦੀ ਹੋਈ ਬਾਹਰਲੇ ਬੂਹੇ ਵੱਲ ਹੋ ਤੁਰੇ ਕੋੜੀਆਂ ਕੋਲ ਦੀ ਲੰਘਣ ਲੱਗਿਆ ਉਹਨੇ ਬਹੁਤ ਹੀ ਕੋੜੀਆਂ ਦੇ ਗਾਹਾਂ ਨਾਲ ਦੀਪੇਵਾਲ ਦੇਖਿਆ ਤੇ ਦੰਦਪਿੰਦੀ ਕਹਿਣ ਲੱਗੀ ਜੇ ਦੋ ਦੋ ਰੰਨਾ ਵਿਆਹਣੀਆਂ ਆਉਂਦੀਆਂ ਤਾਂ ਸਾੰਭੜੀਆਂ ਵੀ ਸਿੱਖ ਵੱਡਾ ਕਾਣ ਇਸ ਪਿੱਛੇ ਦੋਵੇਂ ਜਣੇ ਬੋਇਓ ਬਾਰ ਹੋ ਗਏ ਸੀਰਤ ਨੇ ਅੱਜ ਜੋ ਚੰਡੀ ਦਾ ਰੂਪ ਧਾਰਿਆ ਸੀ ਉਹਨੂੰ ਦੇਖ ਕੇ ਹਰ ਕੋਈ ਅੰਦਰ ਤੱਕਤ ਰਹਿ ਗਿਆ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਦੇਖਣ ਨੂੰ ਬਹੁਤ ਹੀ ਸਾਊ ਤੇ ਡਰਕਲ ਜੀ ਕੁੜੀ ਇਸ ਹੱਦ ਤੱਕ ਜਾ ਸਕਦੀ ਹੈ ਉਹ ਪ੍ਰੇਮ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਟੱਬਰ ਦੇ ਕੱਲੇ-ਕੱਲੇ ਜੀ ਦੀ ਲਾਪਾ ਕਰਕੇ ਗਈ ਸੀ। ਦੀਪੇ ਦੀ ਦੀਪੇ ਦਾ ਨਮੋਸ਼ੀ ਨਾਲ ਬੁਰਾ ਹਾਲ ਸੀ। ਹੌਲੀ-ਹੌਲੀ ਪੌੜੀਆਂ ਚੜਦਿਆਂ ਉਹਨੇ ਇਦਾਂ ਮਹਿਸੂਸ ਕੀਤਾ ਜਿਦਾਂ ਉਹਦੇ ਪੈਰਾਂ ਨਾਲ ਮਣਮਣ ਵਜ਼ਨ ਬੰਨ ਦਿੱਤਾ ਗਿਆ ਹੋਵੇ। ਲਾਲੀ ਵੀ ਉਹਦੇ ਮਗਰ-ਮਗਰ ਪੌੜੀਆਂ ਚੜਾਈ। ਕਮਰੇ 'ਚ ਜਾ ਕੇ ਅਜੇ ਉਹਨਾਂ ਦੀਆਂ ਨਜ਼ਰਾਂ ਆਪੋ 'ਚ ਮਿਲੀਆਂ ਹੀ ਸਨ ਕਿ ਥੱਲੇ ਫੇਰ ਚੀਕ ਚਿਹੜਾ ਪੈ ਗਿਆ। ਦੀਪ ਨੇ ਭੱਜ ਕੇ ਬਾਹਰ ਜਾ ਕੇ ਥੱਲੇ ਨਿਗਾਹ ਮਾਰੀ ਦੇਖਿਆ ਪ੍ਰੇਮ ਸਿੰਘ ਦੇ ਹੱਥ 'ਚ ਝਾੜੂ ਝੱਕਿਆ ਸੀ ਝਾੜੂ ਦੇ ਲੰਮੇ ਹੈਂਡਲ ਨੂੰ ਛੋਟੇ ਵੱਜੋਂ ਵਰਤ ਕੇ ਉਹ ਨਿੰਮੀ ਦੇ ਮੋਰ ਸੇਕਣ ਲੱਗਾ ਸੀ ਨਿੰਮੀ ਸੋਫੇ ਤੇ ਕੁੰਗੜ ਕੇ ਬੈਠੀ ਰੋਈ ਜਾ ਰਹੀ ਸੀ ਤੇ ਪ੍ਰਕਾਸ਼ ਕੌਰ ਨਿੰਮੀ ਦੇ ਉੱਪਰ ਢੇਰੀ ਹੋ ਕੇ ਉਹਨੂੰ ਬਚਾਉਂਦਿਆਂ ਰੌਲਾ ਪਾ ਰਹੀ ਸੀ ਕੀ ਕਰਦੇ ਹੋ ਕੁਛ ਅਕਲ ਨੂੰ ਹੱਥ ਮਾਰੋ ਜਵਾਨ ਨਿਆਣਿਆਂ ਤੇ ਹੱਥ ਨਹੀਂ ਚੱਕੀਦਾ ਕੁੜੇ ਲਾਲੀ ਆਈ ਕੁੜੇ ਥੱਲੇ ਇੱਕ ਕੁੜੀ ਨੇ ਕਦੇ ਸੁੱਖ ਦਾ ਸਾਹ ਆਉਣੀ ਨਹੀਂ ਦਿੱਤਾ। ਇੰਨਾ ਲਹੂ ਪੀਤਾ ਕਿ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ। ਤੂੰ ਪਿੱਛੇ हट ਜਾ। ਮੈਂ ਇਹਦਾ ਗਾਲੀ ਕੁੱਟ ਦਿੰਨਾ। ਸਾਲੀ ਇਸ ਨਮੋਸ਼ੀ ਨਾਲੋਂ ਤੋਂ ਮੈਂ ਜੇਲ੍ਹ ਹੀ ਕੱਟ ਲਵਾਂ। ਪ੍ਰੇਮ ਸਿੰਘ ਪ੍ਰਕਾਸ਼ ਕੌਰ ਦੇ ਉੱਪਰ ਦੀ ਬਾਬਰ ਬਾਬਰ ਕੇ ਪੈ ਰਿਆ ਸੀ। ਲਾਲੀ ਨੇ ਕਾਲੀ ਨਾਲ ਜਾ ਕੇ ਪ੍ਰੇਮ ਸਿੰਘ ਦੇ ਹੱਥੋਂ ਝਾੜੂ ਫੜਦਿਆਂ ਕਿ ਡੈਡੀ ਪਲੀਜ਼ ਤੁਸੀਂ ਨਾ ਕਰੋ ਕੁਝ ਵੀ। ਇਹ ਕਿਸੇ ਦੀ ਸੱਕੀ ਨਹੀਂ। ਤੁਹਾਨੂੰ ਪੁਲਿਸ ਕੋਲ ਚਕਾ ਦੋ ਵੀ ਮੇਰਾ ਬਾਪ ਮੇਰੇ ਤੇ ਹੱਥ ਚੁੱਕਦਾ। ਲਾਲੀ ਦੇ ਕਹਿਣ ਤੇ ਪ੍ਰੇਮ ਸਿੰਘ ਬੁੜਬੁੜ ਕਰਦਾ ਫੈਮਿਲੀ ਰੂਮ ਵੱਲ ਚਲਾ ਗਿਆ ਇਹ ਕੁੜੀ ਕਿਸਮਤ ਦੀ ਬਾੜੀ ਲਖਾ ਕੇ ਲਿਆਈ ਹੈ ਜੇ ਇਹਦੀ ਕਿਸਮਤ ਚੰਗੀ ਹੁੰਦੀ ਤਾਂ ਵਿਆਹ ਵੇਲੇ ਦੀਪਾ ਇਹਨੂੰ ਪਸੰਦ ਨਾ ਕਰ ਲੈਂਦਾ ਪ੍ਰਕਾਸ਼ ਕੌਰ ਨੇ ਲਾਲੀ ਵੱਲ ਦੇਖਦਿਆਂ ਕਿਹਾ ਇਹ ਵੀ ਤੁਹਾਡਾ ਪਲਿਖਾਈ ਹੈ ਦੀਪ ਨੇ ਇਹਨੂੰ ਨਾ ਪਸੰਦ ਕੀਤਾ ਇਹਨੇ ਖੁਦ ਹੀ ਦੀਪ ਨੂੰ ਕਿਹਾ ਸੀ ਵੀ ਮੈਨੂੰ ਛੱਡ ਕੇ ਮੇਰੀ ਭੈਣ ਨੂੰ ਪਸੰਦ ਕਰ ਲਈ ਨਹੀਂ ਯਕੀਨ ਨੋਂਦਾ ਤਾਂ ਪੁੱਛ ਲਓ ਇਹ ਤੋਂ ਲਾਲੀ ਨੇ ਸ਼ਿਕਾਇਤ ਭਰੇ ਲਹਿਜੇ ਚ ਚੁੱਕਿਆ ਨਾ ਇਹਨੂੰ ਕੀ ਗੋਲੀ ਵੱਜੀ ਸੀ ਜਿਹੜਾ ਇਹਨੇ ਇਦਾਂ ਕਿਹਾ ਉਦੋਂ ਵੀ ਇਸ ਮਹਾਰਾਣੀ ਤੇ ਆਸ਼ਕੀ ਦਾ ਭੂਤ ਸਵਾਰ ਸੀ ਅਖੇ ਮੈਂ ਤਾਂ ਆਪਣੇ ਪ੍ਰੇਮੀ ਨਾਲ ਵਿਆਹ ਕਰਾਉਣਾ ਤੂੰ ਮੇਰੀ ਭੈਣ ਨਾਲ ਕਰਾ ਲੈ ਹੈ ਹਾ ਕੁੜੀ ਕਿਹੜਾ ਪ੍ਰੇਮੀ ਰੱਖੀ ਬੈਠੀ ਸੀ ਇਹ ਦਫਾ ਹੋਣੀ ਉਹੀ ਅਮਲੀ ਜਿਹਦੇ ਸਾਡੇ ਵਿਆਹ ਚ ਪਾਲੇ ਨਹੀਂ ਛੇਤਰ ਫੇਰੇ ਸੀ ਜਿਹਦੇ ਵੱਲ ਦੁਨੀਆ ਦੀ ਕੋਈ ਕੁੜੀ ਝਾਕਦੀ ਵੀ ਨਹੀਂ ਸੀ ਇਹ ਸਾਡੀ ਵੱਡੀ ਸਿਆਣੀ ਉਹਦੇ ਬਿਸਤਰੇ ਤੱਕ ਵੀ ਜਾ ਆਈ ਤੁਰ ਫਿੱਟੇ ਮੂੰਹ ਇਹੋ ਜਿਹੀ ਦੇ ਹਾਇਰਬਾ ਇਹ ਪਪੜਨ ਜੰਮਦੀ ਕਿਉਂ ਨਾ ਮਰ ਗਈ ਮੇਰੀ ਕੁੱਖ ਨੂੰ ਇਲਾਜ ਲਾਉਣੀ ਸੀ ਇਸ ਅਲਰਜੀ ਨੇ ਇਸ ਵਿੱਚੋਂ ਪ੍ਰਕਾਸ਼ ਕਰਨੀ ਮੀ ਦੇ ਮਾਰਾਂ ਤੇ ਦੋ ਥੜਾ ਮਾਰ ਕੇ ਕਹਿਣ ਲੱਗੀ ਕੋੜੇ ਕੱਲ ਜੋਗਣੇ ਜੀ ਲੈਣ ਦੇ ਸਾਨੂੰ ਜਾਂ ਕਿਸੇ ਖੂਹ ਖਾਡੇ ਚ ਪੈ ਜਾ ਏਦਾਂ ਜੀ ਲੂੰ ਡਈ ਆ ਸਾਡਾ ਸਭ ਦਾ ਜਿਹੜੀਆਂ ਮੇਰੇ ਨਾਲ ਹੋਈਆਂ ਉਹ ਕਿਸੇ ਨੂੰ ਦੀਂਦੀਆਂ ਹੀ ਨਹੀਂ ਮੈਂ ਹੀ ਉਹ ਤੁਹਾਡਾ ਜੀ ਲੂਈ ਜਾਣੀ ਆ ਬਸ ਰੋਂਦੀ ਰੋਂਦੀ ਨੀਮੀ ਨੇ ਅੱਗੇ ਰੋਸਾ ਲਾਇਆ ਕੀ ਹੋਈਆਂ ਤੇਰੇ ਨਾਲ ਕਾਲੇ ਮੂੰਹ ਵਾਲੀਏ ਮੈਨੂੰ ਧੋਖਾ ਹੀ ਮਿਲੇਆ ਇੰਡੀਆ ਚ ਜੈਲੇ ਨੇ ਧੋਖਾ ਦਿੱਤਾ ਫਿਰ ਦੀਪੇ ਨੇ ਦਿੱਤਾ ਹੁਣ ਓਂਕਾਰ ਨੇ ਹਾਲੇ ਮੈਂ ਹੀ ਹਾਲੇ ਵੀ ਮੈਂ ਹੀ ਗਲਤ ਆ ਉੱਦਲ ਗਈਆਂ ਨੂੰ ਦਾਜ ਨਹੀਂ ਜੁੜਦੇ ਹੁੰਦੇ ਕੁਜਾਤੇ ਕੁਝ ਸ਼ਰਮ ਕਰ ਤੂੰ ਕੋਈ ਰਿਸ਼ਤਾ ਸਾਡੀ ਸਹਿਮਤੀ ਨਾਲ ਸਿਹੜਿਆ ਹੁੰਦਾ ਤਾਂ ਅਸੀਂ ਤੇਰੇ ਨਾਲ ਵੀ ਖੜਦੇ ਆਪ ਖੁਦਰੀਆਂ ਤੋਂ ਬਿਨਾ ਤੂੰ ਕੀਤਾ ਹੀ ਕੀ ਪਹਿਲਾਂ ਕਿਸੇ ਅਮਲੀ ਨਾਲ ਖੇ ਖਾਂਦੀ ਰਹੀ ਫਿਰ ਭੈਣ ਦਾ ਘਰ ਪੱਟਣ ਤੇ ਤੁਲ ਗਈ ਹੁਣ ਓਂਕਾਰ ਨਾਲ ਰਿਸ਼ਤਾ ਗੰਢ ਕੇ ਵੀ ਲੈ ਲਿਆ ਦੱਖੂ ਦਾਣਾ ਜੇ ਤੇਰੇ ਚਾਲੇ ਸਿੱਧੇ ਹੁੰਦੇ ਤਾਂ ਖਬਰੇ ਰੱਬ ਬੋੜੀ ਪੈਂਦਾ ਪਰ ਤੂੰ ਤਾਂ ਅਕਲ ਨਾਲ ਹੀ ਬੈਰ ਕਰੀ ਬੈਠੀ ਐ ਨਾ ਮੈਂ ਤੈਨੂੰ ਕਿਹੜਾ ਧੋਖਾ ਦਿੱਤਾ ਨੀ ਮੀ ਇਹ ਕਹਿੰਦੇ ਆ ਪੌੜੀਆਂ 'ਚ ਖੜੇ ਦੀਪੇ ਦਾ ਚਿਹਰਾ ਲਾਲ ਹੋਇਆ ਪਿਆ ਸੀ ਮੈਨੂੰ ਮੇਰੇ ਹਿੱਸੇ ਪਿਆਰ ਨਹੀਂ ਦਿੰਦੇ ਜਦੋਂ ਦੀ ਮੈਂ ਆਈ ਹਾਂ ਤੁਸੀਂ ਮੇਰੇ ਲਾਗੇ ਨਹੀਂ ਲਗੇ ਤੇਰੀ ਅਕਲ ਘਾਚਰਨ ਤਾਂ ਨਹੀਂ ਗਈ ਹੋਈ ਕਿਹੜੇ ਹੱਕ ਨਾਲ ਮੈਨੂੰ ਲਾਗੇ ਲੱਗਣ ਲਈ ਕਹਿ ਰਹੀ ਹੈ ਤੁਹਾਡੀ ਘਰ ਵਾਲੀ ਹੋਣ ਦੇ ਹੱਕ ਨਾਲ ਤੁਸੀਂ ਕਾਨੂੰਨੀ ਤੌਰ ਤੇ ਮੇਰੇ ਪਤੀ ਹੋ ਇਹ ਲਾਲੀ ਤੁਹਾਡੇ ਲਈ ਦੂਜੀ ਔਰਤ ਹੈ ਤੁਸੀਂ ਮੈਨੂੰ ਹੀ ਦੁਰੇ ਦੁਰੇ ਕਰਦੇ ਰਹਿੰਦੇ ਹੋ ਦੀਦੀ ਪਲੀਜ਼ ਇੱਕ ਘਰ ਤਾਂ ਡੈਨ ਵੀ ਛੱਡ ਲੈਂਦੀ ਆ ਤੁਸੀਂ ਤਾਂ ਦੁਸ਼ਮਣਾਂ ਨੂੰ ਵੀ ਪਿੱਛੇ ਛੱਡ ਗਏ ਲਾਲੀ ਕੋਲੋਂ ਬੋਲਣਾ ਨਾ ਰਿਹਾ ਗਿਆ ਤੈਨੂੰ ਵਿੱਚ ਬੋਲਣ ਦੀ ਕੋਈ ਲੋੜ ਨਹੀਂ ਮੈਂ ਆਪਣੇ ਘਰ ਵਾਲੇ ਨਾਲ ਗੱਲ ਕਰ ਰਹੀ ਆਂ ਨੀ ਮੀਨੇ ਦੰਦੀਆਂ ਪੀਂਦੀਆਂ ਪੀਂਦੀਆਂ ਕਿਆ ਸ਼ਟ ਅਪ ਦੀਦੀ ਕੀ ਘਰ ਆਲਾ ਘਰ ਆਲਾ ਲਈਆ ਘਰ ਵਾਲੇ ਉਧਾਰੇ ਨਹੀਂ ਮਿਲਦੇ ਹੁੰਦੇ ਇਹ ਕਮਾਉਣੇ ਪੈਂਦੇ ਆ ਸੱਚੇ ਦਿਲੋਂ ਘਰ ਵਾਲੀ ਬਣ ਕੇ ਦਿਖਾਉਣਾ ਪੈਂਦਾ ਨਵੇਂ-ਨਵੇਂ ਮੁਰਗੇ ਫੋਣ ਵਾਲੀਆਂ ਕੀ ਜਾਣਣੇ ਰਿਸ਼ਤਾ ਲਾਲੀ ਵੀ ਦੁਰਗਾ ਦਾ ਰੂਪ ਧਾਰ ਗਈ ਉਧਾਰ ਦੀਏ ਕੁਛ ਲਗਦੀਏ ਪਹਿਲਾਂ ਵੀ ਤੂੰ ਹੀ ਉਧਾਰਾ ਲਿਆ ਸੀ ਤੇ ਹੁਣ ਵੀ ਤੂੰ ਹੀ ਭਾਲਦੀ ਆ ਮੈਨੂੰ ਤਾਂ ਤੂੰ ਪਹਿਲਾਂ ਵੀ ਵਿਅਰ ਦਿਖਾ ਲਈ ਦਿੰਨੀ ਆ ਹੁਣ ਹੋਰ ਗੁੱਸਾ ਨਾ ਚੜਾ ਜਦ ਦਫਾ ਹੋ ਜਾ ਨੇ ਤਾਂ ਮੈਂ ਹਲਕ ਚ ਹੱਥ ਪਾ ਕੇ ਅੰਦਰਾਂ ਧੂਲ ਲੂੰ ਨੀ ਮੈਂ ਇਕਦਮ ਖੁੰਖਾਰ ਹੋ ਗਈ ਤੂੰ ਹੱਥ ਤਾ ਲਾ ਕੇ ਦਿਖਾਏ ਨੂੰ ਮੈਂ ਤੇਰੇ ਡੱਕਰੇ ਨਾ ਕਰ ਤੇ ਮੈਨੂੰ ਕਹੀਂ ਇਹ ਕਹਿੰਦੇ ਆ ਦੀਪੇ ਦਾ ਪਾਰਾ ਸਤਵੇਂ ਅਸਮਾਨ ਨੂੰ ਜਾ ਲੱਗਾ ਨਾ ਦੀਪੇ ਪੁੱਤ ਤੂੰ ਨਾ ਇਹਨਾਂ ਦੀ ਲੜਾਈ ਚ ਪੈ ਇਨਕੀਆਂ ਹੁੰਦੀਆਂ ਵੀ ਬਥੇਰਾ ਲੜਦੀਆਂ ਹੁੰਦੀਆਂ ਸੀ ਲਾਲੀਪੁੱਤ ਲਾਲੀ ਪੁੱਤ ਇਹ ਕੁੜੀ ਕਮਲੀ ਹੋ ਗਈ ਆ ਤੂੰ ਦੀਪੇ ਨੂੰ ਲੈ ਕੇ ਆਪਣੇ ਕਮਰੇ ਚ ਚਲੀ ਜਾ ਮੈਂ ਕਰਦੀ ਆ ਇਹਦੇ ਨਾਲ ਗੱਲ ਪ੍ਰਕਾਸ਼ ਕਰਨੇ ਦੀਪੇ ਨੂੰ ਸਮਝਾਉਣ ਕਿ ਛੁੱਲਾ ਲਈ ਨੂੰ ਗੁਹਾਰ ਲਈ ਲਾਲੀ ਆਪਣੀ ਮਾਂ ਦੇ ਕਹਿਣ ਤੇ ਦੀਪੇ ਨੂੰ ਬਾਹੂ ਫੜ ਕੇ ਪੌੜੀਆਂ ਚੜ ਤੁਰੀ ਮੰਮੀ ਜੀ ਹੁਣ ਹੋਰ ਨਹੀਂ ਸਹਿ ਹੁੰਦਾ ਇਹਨੂੰ ਕਹੋ ਘਰ ਪੈਸਾ ਜੋ ਚਾਹੀਦਾ ਲੈ ਲਵੇ ਪਰ ਸਾਡੀ ਜ਼ਿੰਦਗੀ ਚੋਂ ਦਫਾ ਹੋ ਜਾਏ ਨਹੀਂ ਤਾਂ ਮੇਰਾ ਹੱਥ ਉੱਠ ਜਾਣਾ ਹੈ ਗੱਲ ਵੱਜ ਜਾਣੀ ਹੈ ਪਤਾ ਨਹੀਂ ਕਿੱਥੋਂ ਲਹਿੰਜ ਚਿੰਬੜ ਗਈ ਸਾਨੂੰ ਜੀਣਾ ਹਰਾਮ ਕੀਤਾ ਪਿਆ ਦੀਪਾ ਗੁੱਸੇ ਨਾਲ ਉਬਲਦਾ ਹੋਇਆ ਬੋਲਦਾ ਜਾ ਰਿਹਾ ਸੀ ਜਦੋਂ ਲਾਲੀ ਤੇ ਦੀਪਾ ਆਪਣੇ ਕਮਰੇ ਚ ਚਲੇ ਗਏ ਤਾਂ ਪ੍ਰਕਾਸ਼ ਕੌਰ ਵੀ ਨੀਮੀ ਨੂੰ ਬਾਹੋਂ ਫੜ ਕੇ ਆਪਣੇ ਕਮਰੇ ਚ ਲੈ ਆਈ ਕੁੜੀਏ ਸਾਡੇ ਧੌਲਿਆਂ ਚ ਕਿੰਨੀ ਕੁ ਹੋਰ ਖੇਪ ਪੁਆਏਂਗੀ ਅੰਦਰ ਵੜਦੇ ਸਾਰੀ ਪ੍ਰਕਾਸ਼ ਕੌਰ ਨੇ ਕਿਹਾ ਨਾ ਜੇ ਮੈਂ ਆਪਣੀ ਖੁਸ਼ੀ ਜੇ ਮੈਂ ਆਪਣੇ ਲਈ ਖੁਸ਼ੀ ਭਾਲਣ ਦਾ ਹਿੱਲਾ ਕੀਤਾ ਤਾਂ ਇਸ ਚ ਮੈਂ ਕੀ ਗਲਤ ਕਰਤਾ ਕਿ ਮੈਨੂੰ ਇਹਦਾ ਵੀ ਹੱਕ ਨਹੀਂ ਕਿੰਨਾ ਚਿਰ ਮੈਂ ਦਿਲ ਨੂੰ ਬੰਨ ਰੁਣ ਕੇ ਤੁਰੇ ਫਿਰਾਂ ਕੁੜੀਏ ਆਪਣੀ ਖੁਸ਼ੀ ਹਾਸਲ ਕਰਨ ਲਈ ਦੂਜਿਆਂ ਦੀਆਂ ਖੁਸ਼ੀਆਂ ਨਾ ਖੋ ਆਪਣਾ ਘਰ ਬਣਾਉਣ ਲਈ ਗਵੰਡੀ ਦਾ ਨਹੀਂ ਢਾਈ ਦਾ ਨਾਲੇ ਲਾਲੀ ਨਾਲ ਤੇ ਤੂੰ ਤਾਂ ਲੜੇ ਜੇ ਦੀਪਾ ਤੇਰੇ ਕੋਲ ਆਉਣਾ ਚਾਹੁੰਦਾ ਹੋਵੇ ਜਾਂ ਦੀਪਾ ਹੀ ਤੈਨੂੰ ਕਬੂਲਦਾ ਨਹੀਂ ਫਿਰ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਉਹਨੇ ਆਪੇ ਕਬੂਲ ਲੈਣਾ ਲਾਲੀ ਉਹਨੂੰ ਛੱਡੇ ਤਾਂ ਸਹੀ ਕੁੜੀਏ ਤੈਨੂੰ ਹੁਣ ਕਿੱਦਾਂ ਸਮਝਾਵਾਂ ਜੇ ਮਰਦ ਨੂੰ ਪਤਾ ਲੱਗ ਜਾਏ ਵੀ ਇਹ ਜਨਾਨੀ ਝੂਠੀ ਹੈ ਤਾਂ ਉਹਨੂੰ ਕਦੇ ਵੀ ਮੂੰਹ ਨਹੀਂ ਲਾਉਂਦਾ ਤੂੰ ਓਂਕਾਰ ਨਾਲ ਤੁਰੇ ਫਿਰਦੀ ਰਹੀਆਂ ਹੁਣ ਭੁੱਲ ਜਾ ਵੀ ਦੀਪਾ ਤੈਨੂੰ ਕਦੇ ਵੀ ਆਪਣੇ ਦਿਲ 'ਚ ਥਾਂ ਦੇਉਂਦਾ ਜੋ ਦੋਜਖ ਭੋਗਣ ਤੇ ਤੁਲੀ ਹੋਈਆਂ ਮੇਰੀ ਮਨ ਤੇ ਲਾਲੀ ਹੋਣਾ ਨਾਲੇ ਗੱਲ ਇੱਕ ਪਾਸੇ ਲਾ ਲੈ ਸਿਆਣਿਆਂ ਦਾ ਕਿਹਾ ਵੀ ਘਰ ਦਾ ਨਿਵੇੜਾ ਸਭ ਤੋਂ ਚੰਗੇਰਾ ਸਲਾਹ ਨਾਲ ਕਰੀਏ ਤਾਂ ਵੱਡੇ ਵੱਡੇ ਕੰਮ ਵੀ ਸਿਰੇ ਚੜ ਜਾਂਦੇ ਆ ਕਲੇਸ਼ ਤਾਂ ਛੋਟੇ ਮੋਟੇ ਕੰਮਾਂ 'ਚ ਵੀ ਅੜਿੱਕਾ ਢਾ ਦਿੰਦਾ ਤੂੰ ਇੱਥੇ ਸਭ ਕੁਝ ਨਿਵੇੜ ਕੇ ਮੇਰੇ ਨਾਲ ਇੰਡੀਆ ਚਲੀ ਚੱਲ ਉੱਥੇ ਤੈਨੂੰ ਕੋਈ ਨਾ ਕੋਈ ਚੰਗਾ ਮੁੰਡਾ ਲੱਭ ਜਾਣਾ ਆਪਣੀ ਜ਼ਿੰਦਗੀ ਨਵੇਂ ਸਿਰਿਆਂ ਤੋਂ ਤੁਰ ਮੰਮੀ ਗੱਲ ਤਾਂ ਦੱਸੋ ਭਲਾ ਸਾਰੇ ਮਰਦੇ ਇਹੋ ਜਿਹੀ ਹੁੰਦੇ ਆ ਆਪਣਾ ਮਤਲਬ ਕੱਢ ਕੇ ਤੁਰ ਜਾਣ ਵਾਲੇ ਨਹੀਂ ਕੁੜੀਏ ਮਰਦ ਤੇ ਔਰਤ ਇੱਕ ਦੂਜੇ ਦੇ ਪੂਰਕ ਹੁੰਦੇ ਆ ਕੋਈ ਮਾੜਾ ਨਹੀਂ ਕੋਈ ਚੰਗਾ ਨਹੀਂ ਜਿਹੜੇ ਰਿਸ਼ਤੇ ਹੀ ਗਲਤ ਨੀਤ ਨਾਲ ਬਣਾਏ ਗਏ ਹੋਣ ਉਹਨਾਂ ਨੇ ਤਾਂ ਇੱਕ ਦਿਨ ਟੁੱਟਣਾ ਹੀ ਹੁੰਦਾ ਹੈ ਕੀ ਮਤਲਬ ਤੂੰ ਦੀਪੇ ਨਾਲ ਰਿਸ਼ਤਾ ਇਸ ਲਈ ਬਣਾਇਆ ਵੀ ਤੂੰ ਉਹਦਾ ਨਿਆਣਾ ਜੰਮ ਕੇ ਕੈਨੇਡਾ ਦਾ ਵੀਜ਼ਾ ਰੱਖਵਾ ਕਰੇ ਉਸ ਰਿਸ਼ਤੇ 'ਚ ਦੀਪੇ ਦੀ ਮਰਜ਼ੀ ਨਹੀਂ ਸੀ ਸ਼ਾਮਲ ਤੇਰਾ ਇਹ ਰਿਸ਼ਤਾ ਬਣਾਉਣਾ ਤੇਰੇ ਕਿਰਦਾਰ ਦੀ اخਲਾਕੀ ਗਿਰਾਵਟ ਨੂੰ ਵੀ ਦਰਸਾਉਂਦਾ ਹੈ ਤੂੰ ਹੋਰਨਾ ਦਾ ਨੁਕਸਾਨ ਕੀਤਾ ਜੋ ਤੇਰੀ ਮਦਦ ਕਰਨ ਆਇਆ ਜਿਹੜੇ ਰੁੱਖ ਦੀ ਛਾਂਵੇਂ ਬੈਠੀ ਉਸੇ ਨੂੰ ਵੱਢਣ ਲੱਗ ਪਈ ਇਸ ਮਗਰੋਂ ਓੰਕਾਰ ਨਾਲ ਤੇਰਾ ਜੋ ਰਿਸ਼ਤਾ ਬਣਿਆ ਉਹ ਵੀ ਝੂਠ ਦੇ ਆਧਾਰ ਤੇ ਖੜਾ ਉਸ ਵਿੱਚ ਵੀ ਓੰਕਾਰ ਦੇ ਹੋਰ ਮਨਸ਼ੇ ਸੀ ਤੇਰੇ ਹੋਰ ਫਿਰ ਆਪਣਾ ਰਿਸ਼ਤਾ ਪਰਬਾਨ ਚੜਾਉਣ ਲਈ ਸਿਰਦ ਦਾ ਨੁਕਸਾਨ ਕਰਨਾ ਵੀ ਤੇਰੀ اخلاقی ਪਤਨ ਦੀ ਨਿਸ਼ਾਨੀ ਹੈ ਚਲ ਦੀਪੇ ਤੇ ਕੇਸ 'ਚ ਮੈਂ ਮੰਨਦੀ ਆਂ ਵੀ ਸਾਰਾ ਕੀਤਾ ਕਰਾਇਆ ਮੇਰਾ ਸੀ ਪਰ ਓੰਕਾਰ ਤਾਂ ਆਪ ਹੀ ਮੇਰੇ ਮਗਰ ਆਇਆ ਸੀ ਉਨੇ ਵੈਲ ਕੀਤੀ ਸੀ ਜੇ ਉਹਨੂੰ ਸਿਰਤ ਇੰਨੀ ਪਸੰਦ ਸੀ ਤਾਂ ਮੇਰੇ ਮਗਰ ਕਿਉਂ ਪਿਆ ਕੁੜੀਏ ਮਰਦਾਂ ਦਾ ਸੁਭਾਅ ਚੰਚਲ ਹੁੰਦਾ ਹੈ ਉਹ ਘਰ ਵਾਲੀ ਨਾਲ ਅਟੈਚ ਹੁੰਦੇ ਹੋਏ ਵੀ ਆਲੇ ਦੁਆਲੇ ਝਾਕਣੋਂ ਨਹੀਂ ਹਟਦੇ ਸ਼ਾਇਦ ਪਰਮਾਤਮਾ ਨੇ ਉਹਨਾਂ ਦਾ ਸੁਭਾਈ ਇਦਾਂ ਦਾ ਬਣਾਇਆ ਉਹ ਆਪਣੀ ਪਤਨੀ ਨੂੰ ਪਿਆਰ ਵੀ ਕਰਦੇ ਆ ਉਹਦਾ ਖਿਆਲ ਵੀ ਰੱਖਦੇ ਆ ਘਰ ਗ੍ਰਹਿਸਤੀ ਵੀ ਤੋਰਦੇ ਆ ਪਰ ਇਹਦੇ باوجود ਲੰਬੇ ਮਾੜਾ ਮੋਟਾ ਮੂੰਹ ਮਾਰਨ ਤੋਂ ਬਾਜ਼ ਨਹੀਂ ਆਉਂਦੇ ਬਗਾਨੀ ਸੁਨੱਖੀ ਤੀਵੀ ਤੇ ਲਾਲਾਂ ਸੁਟੜੀਆਂ ਮਰਦਾਂ ਦੀ ਸੁਭਾਅ ਦਾ ਹੀ ਹਿੱਸਾ ਹੈ ਇਥੇ ਔਰਤ ਮਰ ਖਾ ਜਾਂਦੀ ਹੈ ਉਹਨੂੰ ਲੱਗਦਾ ਵੀ ਸ਼ਾਇਦ ਮਰਦ ਆਪਣੀ ਤੀਵੀਂ ਛੱਡ ਕੇ ਉਹਦਾ ਹੋ ਗਿਆ ਪਰ ਮਰਦ ਆਪਣਾ ਪਹਿਲਾ ਰਿਸ਼ਤਾ ਛੇਤੀ ਕੀਤੇ ਨਹੀਂ ਤੋੜਦਾ ਬਗਾਨੀ ਤੀਵੀ ਨਾਲ ਤਾਂ ਮਰਦ ਦਾ ਰਿਸ਼ਤਾ ਉਦਾਂ ਹੀ ਹੁੰਦਾ ਹੈ ਜਿੱਦਾਂ ਕਹਿੰਦੇ ਹੁੰਦੇ ਹੈ ਬਈ ਕੋਠਾ ਉਸਰਿਆ ਤੇ ਤਰਖਾਨ ਵਿਸਰਿਆ ਧੰਨਵਾਦ ਚਲਦਾ